ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੇਸੀ ਡਿਊਡ ਵਲੌਗਸ ਅਤੇ ਮੈਂ ਤੁਹਾਡਾ ਦੋਸਤ ਹੈਪੀ। ਅਤੇ ਮੈਨੂੰ ਕਾਫੀ ਮੈਸੇਜਸ ਆ ਰਹੇ ਨੇ ਕਿ ਵੀਰੇ ਅਸੀਂ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲਾਉਣਾ ਵਾ ਅਤੇ ਕੀ ਉੱਥੇ ਜਾ ਕੇ ਸਟੱਡੀ ਵੀਜ਼ਾ ਕਨਵਰਟ ਹੋ ਜਾਂਦਾ। ਮੈਂ ਬਹੁਤ ਸਾਰੀ ਪਿਛਲੀ ਵੀਡੀਓਜ਼ 'ਚ ਇਹ ਚੀਜ਼ ਦੱਸ ਚੁੱਕਾ, ਪਰ ਚਲੋ ਮੈਂ ਫਿਰ ਇੱਕ ਵਾਰੀ ਇਹ ਮੈਂ ਸੋਚਿਆ ਕਿ ਮੈਂ ਵੀਡੀਓ ਹੀ ਬਣਾ ਦਾਂ, ਕਈ ਪਿਛਲੀ ਵੀਡੀਓਜ਼ ਖੋਲ੍ਹ ਕੇ ਨਹੀਂ ਦੇਖਦੇ। ਚਲੋ ਐਨੀਵੇਜ਼, ਸੋ ਹਾਂ ਜੀ, ਲੱਗ ਜਾਂਦਾ ਅਤੇ ਨਹੀਂ ਵੀ ਲੱਗਦਾ। ਲੱਗਦਾ ਕਿਵੇਂ ਆ ਕਿ ਦੇਖੋ ਜੀ, ਅਗਰ ਤੁਸੀਂ ਟੂਰਿਸਟ ਵੀਜ਼ੇ 'ਤੇ ਆਉਂਦੇ ਹੋ ਤਾਂ ਤੁਹਾਡੇ ਉੱਥੇ ਇੱਕ ਕੰਡੀਸ਼ਨ ਲੱਗਦੀ ਹੈ ਵੀਜ਼ੇ 'ਤੇ, ਕੰਡੀਸ਼ਨਾਂ ਲਿਖੀਆਂ ਹੁੰਦੀਆਂ 3-4, ਹੈਲਥ ਇੰਸ਼ੋਰੈਂਸ ਦੀ, ਹੋਰ ਵੀ ਕਿ ਕਿੰਨੀ ਦੇਰ ਤੁਸੀਂ ਸਟੇ ਕਰ ਸਕਦੇ। ਇੱਕ ਲਿਖੀ ਹੁੰਦੀ ਨੋ ਫਰਦਰ ਸਟੇ, ਜੇ ਨੋ ਫਰਦਰ ਸਟੇ ਉਹਦੇ 'ਤੇ ਲਿਖੀ ਹੋਈ ਹੈ, ਫਿਰ ਤੁਸੀਂ ਲੀਗਲੀ ਇੱਥੇ ਆ ਕੇ ਕੋਈ ਵੀ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਅੱਗੇ। ਮਤਲਬ ਜਿੱਦਾਂ ਇੱਥੇ ਆ ਕੇ ਤੁਸੀਂ ਸਟੂਡੈਂਟ ਵੀਜ਼ਾ ਲਾਉਣਾ ਤਾਂ ਉਹ ਨਹੀਂ ਲਾ ਸਕਦੇ, ਅਗਰ ਉਹ ਨਹੀਂ ਲੱਗੀ ਹੋਈ ਤੁਸੀਂ ਈਜ਼ੀਲੀ ਲਾ ਸਕਦੇ ਹੋ, ਠੀਕ ਹੈ ਜੀ। ਸੈਕਿੰਡਲੀ ਫਿਰ ਪੁੱਛਦੇ ਨੇ ਕਿ ਆਇਲਸ ਕਰਨੀ ਪੈਂਦੀ ਹੈ ਜੀ, ਆਇਲਸ ਜ਼ਰੂਰ ਕਰਨੀ ਪੈਣੀ ਹੈ ਜੀ। ਅਗਰ ਤੁਸੀਂ ਇੱਥੇ ਸਟੱਡੀ ਲੈਣੀ ਹੈ, ਉੱਥੋਂ ਨਹੀਂ ਕਰਕੇ ਆਉਂਗੇ, ਇੱਥੇ ਆ ਕੇ ਤੁਹਾਨੂੰ ਟੈਸਟ ਦੇਣਾ ਪਊਗਾ, ਪਰ ਤੁਹਾਨੂੰ ਕਰਨੀ ਜ਼ਰੂਰ ਪੈਣੀ ਆ। ਜੇ ਨਹੀਂ ਕਰੋਗੇ ਤਾਂ ਇੱਕ ਐਲੀ ਕੋਰਸ ਹੁੰਦਾ ਵਾ, ਮਤਲਬ ਇੰਗਲਿਸ਼ ਲਰਨਿੰਗ ਕੋਰਸ ਹੁੰਦਾ, ਉਹ ਕਰਕੇ ਟੈਸਟ ਦੇ ਕੇ ਤਾਂ ਉਹਦੇ ਨਾਲ ਵੀ ਤੁਸੀਂ ਆਪਣਾ ਕੋਰਸ ਕਰ ਸਕਦੇ ਹੋ, ਆਪਣੀ ਸਟੱਡੀ ਲੈ ਸਕਦੇ। ਸੋ ਇਹ ਮੈਂ ਦੱਸਣਾ ਸੀਗਾ, ਉਮੀਦ ਆ ਤੁਹਾਨੂੰ ਕਲੀਅਰ ਪਤਾ ਲੱਗ ਗਿਆ ਹੋਊਗਾ ਕਿ ਇਹ ਚੀਜ਼ ਹੁੰਦੀ ਆ, ਠੀਕ ਹੈ ਜੀ। ਅਤੇ ਹੁਣ ਕਾਫੀ ਪ੍ਰੋਸੈਸਿੰਗ ਤੇਜ਼ ਹੋਈ ਆ ਆਸਟ੍ਰੇਲੀਅਨ ਟੂਰਿਸਟ ਵੀਜ਼ੇ ਦੀ, 1.5-2 ਮਹੀਨੇ ਦੇ ਵਿੱਚ ਆ ਰਹੇ ਨੇ ਕਾਫੀ ਰਿਜ਼ਲਟਸ। 1-2 ਐਪਲੀਕੇਸ਼ਨਸ ਇੱਦਾਂ ਦੀਆਂ ਹੈਗੀਆਂ ਹਾਲੇ ਵੀ ਮੇਰੇ ਟੱਚ 'ਚ, ਜਿਹਨਾਂ ਨੂੰ 3-4 ਮਹੀਨੇ ਹੋ ਗਏ ਪਰ ਆਇਆ ਨਹੀਂ, ਪਰ ਆ ਜਾਏਗਾ ਛੇਤੀ ਜੀ, ਉਮੀਦ ਤਾਂ ਇਹੀ ਹੈ ਜੀ। ਅਤੇ ਮੈਂ ਚਾਹੁੰਦਾ ਕਿ ਸਾਰਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਵੀਜ਼ਾ ਮਿਲ ਜਾਵੇ ਅਤੇ ਤੁਸੀਂ ਛੇਤੀ ਛੇਤੀ ਆਸਟ੍ਰੇਲੀਆ ਆਓ ਅਤੇ ਘੁੰਮੋ, ਲਈ ਨਜ਼ਾਰੇ ਲਓ। ਚਲੋ ਮਿਲਦੇ ਆਪਾਂ ਅਗਲੀ ਵੀਡੀਓ 'ਚ, ਹੈਵ ਗੁੱਡ ਡੇ।